ਅੱਜ ਹੀ ਕਾਤੇ ਨਾਲ ਕਹੀਂ ਦਾ ਕਤਲ ਕਰਨਾ ਹੈ। ਨਾ ਕਰ ਯਾਰ, ਖੁਦ ਮੱਖੀ ਕਿਉਂ ਡਰ ਪੈਣੇ ਤਾਂ ਖੁਦ ਕਹੀਂ ਦਾ ਕਤਲ ਕਰਾਉਣਾ ਤਾਂ ਪੈ ਨਾ ਯਾਰ। ਅਸਲ ਗੱਲ ਇਹ ਜਿਹੜੀ ਕਾਤੀ ਏਦਾਂ ਵਿਹਲਾ ਖੜਾ ਦੁਕਾਨ ਦੇ ਕਮ ਸ਼ਮ ਹੈਗਾ ਨਾ, ਮੈਂ ਕਿਉਂ ਨਾ ਕਿਆ ਕਰ ਗਏ ਨਾ ਇਹ ਚਾਹ ਕੇ ਨਾ ਦੇ ਲਾ ਕਿਆ ਕਰਨਾ ਹੈ, ਇਹ ਮੈਂ ਖੁਦ ਦਸਤੀ ਕੰਮ ਕਰਨ ਦਾ ਪਿਆ। ਵਾਹ ਦੇਖ ਮੈਂ ਹਾਲੇ ਕਿ ਲਾਉਣ ਕਿੱਥੇ ਸੁਰਾਖ, ਕਾਫੀ ਸੁਰਾਖ ਕਰ ਕੇ ਤਾਂ ਠੀਕ ਹੈ, ਲੇਕਿਨ ਇਹ ਇੱਥੇ ਗਾ ਬਾਕੀ ਛੋੜ ਦੀ ਜਿਹੜੀ ਚਾਬੀ ਇਹਦਾ ਤਾਂ ਮੈਂ ਚਾਬੀ ਦਿਖਾਵਾਂ ਇੱਕ ਮਿੰਟ ਯਾਰ, ਹੈਰਤ ਦੀ ਗੱਲ ਹੈ। ਆ ਜਾ ਬਾਈ, ਜੋ ਕਾਰ ਦੀ ਚਾਬੀ ਹੋਵੇ, ਮੈਂ ਕਿਤੇ ਇਹ ਲਾ ਕੇ ਪਿਆਰਾ ਲੱਗੇ ਆ ਗਏ। ਹਾਂ ਇੱਕ ਮਿੰਟ, ਉਹ ਆ ਜਾ ਬਾਈ ਚਾਬੀ ਦੇਖੋ, ਜਿਵੇਂ ਕਾਰ ਦੀ ਚਾਬੀ ਨਾ ਹੋਵੇ। ਓਏ ਹੋਏ ਹੋਏ ਹੋਏ, ਇਹ ਸਪੈਸ਼ਲ ਨਹੀਂ ਦੇਖੀ ਤੇ ਇਹ ਠੀਕ ਹੈ ਜਿਹੜੇ ਓਕੇ ਲੈ ਇਹ ਠੀਕ ਹੈ ਜਗ੍ਹਾ ਦਾ ਹੁਣ ਸਪੈਸ਼ਲ ਸੀ ਨਾ ਪਿਆ ਕਿਉਂਕਿ ਮੈਂ ਮੇਰੀ ਦੁਕਾਨ ਦੇ ਤਲਾਕ ਅਲੱਗ ਹੈ। ਅਸਲਾਮ ਵਾਲੇਕੁਮ ਦੋਸਤੋ, ਕਿਆ ਚੱਲ ਠੀਕ ਹੋ ਤਬੀਅਤ ਸੇ? ਠੀਕ ਹੈ, ਮੈਂ ਮੁਹੰਮਦ ਕਾਸਿਮ, ਤੁਸਰ ਦੇ ਬੇਬੀ ਯੂਟਿਊਬ ਚੈਨਲ ਸੀਕਰਟ ਮੁੰਡਾ। ਇਹ ਥੋੜ੍ਹਾ ਇਹ ਇੱਕ ਵੀਡੀਓ ਦਿਖਾਉਣਾ, ਇਹ ਦੁਕਾਨ ਦੇ ਲਿਹਾਜ਼ ਆਪਣੇ ਮੋਬਾਈਲ ਦੁਕਾਨ ਦੇ, ਲੇਕਿਨ ਛੋਟੇ ਬਾਈ ਦੁਕਾਨ ਦਾ ਹਵਾਮ ਵੀ ਸਪੈਸ਼ਲ ਤੇ ਕਰਨਾ ਪਿਆ ਇਲਾਕੇ ਨੂੰ ਤੱਕ ਬਾਅਦ ਡਿਸਟਰਬਿੰਗ ਨਾ ਥੀ ਵੀ ਬਿਹਤਰ ਇੱਕ ਬੰਦਾ ਲਾ ਕੇ ਲਾ ਦੇ ਪਰਦੀ ਦੁਕਾਨ ਆਉਂਦਾ ਵੇ। ਤੋਰਾ ਜਿਹੜਾ ਫਿਰ ਆਇਆ ਤਾਂ ਅੱਧਾ ਕਾਰੀਗਰ ਠੀਕ ਹੈ ਫਰਨੇਚਰ ਦਾ, ਸਿੱਧੀ ਪੁੱਛਦੇ ਵੇ ਕਿੱਥੋਂ ਕਹਿੰਦਾ ਲੈ ਮੈਂ ਕਹਿ ਮੈਲ ਹੈ ਔਰ ਇੱਥੋਂ ਕੇ ਲੈਵਲ ਕਰਨ ਜ਼ਬਰਦਸਤ ਹੈ ਇੱਥੋਂ ਥੋੜ੍ਹੀ ਜਿਹੀ, ਲੇਕਿਨ ਵਾਲੀ ਆਦਾ ਵਿਸ਼ਮੇ ਕੋਲ ਦੇ, ਲੇਕਿਨ ਹਾਲੀ ਇੱਕ ਵਾਰ ਕਰ ਖੋਲ੍ਹ ਦਾ ਇੱਕ ਵਾਰ ਜਿਹੜਾ ਸੁਰਾਹ ਹੱਲ ਕਰਦੇ ਸੇਫਟੀ ਥੀ ਵੈਸੇ ਆ ਜਾ ਇਹਦੀ ਇਹਦੀ ਪੱਤਰੀ ਜਿਹੜਾ ਇਹ ਆ ਬਸ ਇੱਥੇ ਕਹਿਣ ਇਹਦੀ ਜੀ ਪੱਤਰੀ ਪਈ ਇਹ ਇੱਥੇ ਓਕੇ ਓਕੇ।